ਹੁੰਦਾ ਜੀ ਰਸੋਈ ਨਾਲ ਬਹੁਤ ਪਿਆਰ ਹੁੰਦਾ ਤੇ ਇਹ ਸਾਡੀ ਰਸੋਈ ਆ ਇਹਦੇ ਵਿੱਚ ਅਸੀਂ ਦੋ ਸਟੋਵ ਚੁੱਲ੍ਹੇ ਰੱਖੇ ਆ ਮਤਲਬ ਗੈਸ ਚੁੱਲ੍ਹੇ ਰੱਖੇ ਆ ਇਸ ਤੋਂ ਇਲਾਵਾ ਇੱਕ ਸਾਡੇ ਅਮਿਤ ਸ਼ਾਹ ਨੇ ਗੱਲ ਕੀਤੀ ਸੀਗੀ ਵੀ ਸਟੇਟਸ ਨਹੀਂ ਹੈ ਕਿਸਾਨਾਂ ਨਾਲ ਬੈਠਣ ਦਾ ਸਪੈਸ਼ਲ ਕਰੋਕਰੀ ਚਾਈਨਾ ਬੂਨ ਚਾਈਨਾ ਕਰੋਕਰੀ ਹੈ ਸਟੀਲ ਕਰੋਕਰੀ ਹੈ ਹਰ ਤਰ੍ਹਾਂ ਦੀ ਦਾਲ ਹੈ ਹਰ ਤਰ੍ਹਾਂ ਦੇ ਮਸਾਲੇ ਆ ਮਤਲਬ ਇੱਕ ਜੋ ਘਰ ਦਾ ਸਾਡਾ ਕਿਚਨ ਹੁੰਦਾ ਉਦਾਂ ਦਾ ਬਿਲਕੁਲ ਅਸੀਂ ਸਾਰਾ ਕਿਚਨ ਸੈਟਅਪ ਲਾਇਆ ਹੋਇਆ ਇਹਦੇ ਚ ਨਹੀਂ ਤੁਸੀਂ ਇੱਥੇ ਆਪਣਾ ਖਾਣਾ ਆਪ ਬਣਾਉਂਦੇ ਹੋ ਜਾਂ ਲੰਗਰ ਵਿੱਚ ਖਾਂਦੇ ਹੋ ਐਕਚੁਅਲੀ ਸਾਨੂੰ ਇਹ ਹੈ ਕਿ ਉੱਥੇ ਜ਼ਰੂਰਤਮੰਦ ਹੋਰ ਖਾਣਾ ਖਾ ਲੈਂਦੇ ਨੇ ਤੇ ਜਿੰਨੇ ਵੀਰ ਭੈਣ ਭਰਾ ਮੈਂ ਜਿਨ੍ਹਾਂ ਨੂੰ ਫੁਲਕਾ ਛਕਾ ਸਕਦੀ ਹਾਂ ਤੇ ਉਹਨਾਂ ਦਾ ਮੈਂ ਇੱਥੇ ਬਣਾਉਂਦੀ ਹਾਂ ਤੇ ਅਸੀਂ ਆਪਦਾ ਫੂਡ ਆਪੇ ਹੀ ਬਣਾਉਂਦੇ ਹਾਂ ਆਪੇ ਖਾਂਦੇ ਹਾਂ ਜੀ ਕਿੰਨੇ ਕਿ ਜਣੇ ਆ ਜਾਂਦੇ ਨੇ ਤੁਹਾਡੇ ਕੋਲ ਲੰਗਰ ਛਕਣ ਨੇੜੇ ਤੇੜੇ ਵਾਲੇ ਰੋਜ਼ ਦਾ ਪਹਿਲਾਂ ਜਦੋਂ ਸਟਾਰਟਿੰਗ 'ਚ ਸੀਗਾ ਉਦੋਂ ਅਸੀਂ ਰੋਜ਼ ਦੀ ਲਾਈਏ ਤਾਂ 85 ਤੋਂ 75 85 ਲੋਕ ਸੀਗੇ ਹੁਣ 20-25 ਜਣੇ ਰੋਜ਼ ਆ ਜਾਂਦੇ ਜੀ ਸੋ ਬਾਕੀ ਜਿਹੜਾ ਤੁਹਾਡਾ ਨਿਵਾਸ ਹੈ ਉਹ ਵੀ ਦਿਖਾ ਲਓ ਜਿਵੇਂ ਕਿ ਇੱਥੇ ਮੋਦੀ ਸਰਕਾਰ ਨੇ 26 'ਚ ਕਰਤਾ ਸੀ ਵੀ ਵਾਸ਼ਰੂਮ